ਦੋ ਮੁਹਰਮ ਨੂੰ ਕਰਬਲਾ ਦੇ ਮੈਦਾਨ ਵਿੱਚ ਖੈਮੇ ਲੱਗੇ ਤੇ ਪਾਣੀ ਬੰਦ ਕਰ ਦਿੱਤਾ ਗਿਆ। ਸੱਤ ਮੁਹਰਮ ਨੂੰ ਕਰਬਲਾ ਦੇ ਮੈਦਾਨ ਵਿੱਚ ਖੈਮੇ 'ਚ ਪਾਣੀ ਬੰਦ ਹੈ, ਪਾਣੀ ਖੈਮੇ 'ਚ ਨਹੀਂ ਆ ਰਿਹਾ, ਨਿਮਾਦ ਵੀ ਜਾ ਰਹੀ ਹੈ, ਤਿਲਾਵਤ ਤੇ ਕੁਰਾਨ ਵੀ ਜਾ ਰਹੀ ਹੈ। ਕਰਬਲਾ ਦਾ ਨਕਸ਼ਾ ਹਜ਼ਰਤ ਸਖੀ ਸੁਲਤਾਨ ਬਾਹੂ ਨੇ ਆਪਣੀ ਕਲਮ ਦੀ ਨੋਕ ਤੇ ਰੱਖਿਆ। ਤੋ ਆਰੀਵਾਂ ਦੇ ਸੁਲਤਾਨ ਫਰਮਾਦੇ ਨੇ ਜੇ ਕਰ ਦੀਰ ਫਿਰ ਸਰ ਚੜਦਾ ਨਬੀ ਦੀ ਆਲ ਦੇ
ਹਸਣ ਦੀ ਨਿਸ਼ਾਨੀ ਕਰਬਲਾ ਦੇ ਮੈਦਾਨ ਚ ਟੁਕੜੇ ਹੋਏ ਜਦੋਂ ਸੈਯਦਾ ਜ਼ੈਨਬ ਨੇ ਸੁਣਿਆ ਜੇ ਆਖਰੀ ਰਾਤ ਹੈ ਭੈਣ ਵੀਰ ਦੇ ਕੋਲ ਬਹਿ ਗਈ ਭੈਣਾਂ ਵਾਲਿਓ ਭੈਣਾਂ ਦੇ ਨਾਲ ਪਿਆਰ ਕਰਿਆ ਜੇ ਵੀਰ ਤੇ ਭੈਣ ਦਾ ਰਿਸ਼ਤਾ ਹੀ ਇੰਦਾ ਆਉਂਦਾ ਹੈ ਅੱਜ ਪਰਾਏ ਆਪਣੀ ਭੈਣ ਦੇ ਨਾਲ ਮਰਨ ਜੀਣ ਮੌਕਾ ਦੇਵੇ ਪਰਾਏ ਆਪਣੀ ਭੈਣ ਦੇ ਨਾਲ ਮਾਂ ਬੋਲਦਾ ਹੋਵੇ ਭੈਣ ਦੇ ਮੁਹੱਲੇ ਚੋਂ ਭੈਣ ਦੇ ਦਰਵਾਜ਼ੇ ਦੇ ਕਰੀਬ ਤੋਂ ਗੁਜ਼ਰ ਜਾਏ ਭੈਣ ਪਿੱਛੋਂ ਜਾਂਦੇ ਵੀਰ ਦੀ ਕੰਢ ਵੇਖ ਕੇ ਕਹਿੰਦੀ ਏ ਵੀਰਾ ਨਹੀਂ ਬੋਲਦਾ ਨਾ ਬੋਲ ਮਾਣ ਤੇ ਮੇਰਾ ਹੀ ਨਹੀਂ ਬੋਲਦਾ ਨਾ ਬੋਲ ਵੀਰ ਤੇ ਮੇਰਾ ਹੀ ਭੈਣਾਂ ਆਪਣੇ ਵੀਰਾਂ ਦੇ ਨਾਲ ਇਹਦਾ ਪਿਆਰ ਰੱਖਦੀਆਂ ਨੇ ਉਹ ਸੈਯਦਾ ਦਿਲ ਬਿਆਕਾ ਹੁਸੈਨ ਦੇ ਕਰੀਬ ਵੇ ਕਦੇ ਆਪਣੀ ਮਾਂ ਜ਼ਾਰਾ ਦੀਆਂ ਗੱਲਾਂ ਕਰਦੀ ਕਦੇ ਆਪਣੇ ਬਾਪ ਮੌਲਾ ਅਲੀ ਦੀਆਂ ਗੱਲਾਂ ਕਰਦੀ ਕਦੇ ਆਪਣੀ ਆਪੀ ਖਦੇਜਾ ਦੀਆਂ ਗੱਲਾਂ ਕਰਦੀ ਕਦੇ ਨਾਨੇ ਮੁਹੰਮਦ ਦੀਆਂ ਗੱਲਾਂ ਕਰਦੀ ਆਕਾ ਉਸੇ ਨੇ ਫਰਮਾਇਆ ਪੈਣਾ ਸੁਬਾ ਦਿਨ ਚੜੇਗਾ ਖੂਨੀ ਤਲੂ ਹੋਏਗੀ ਦੱਸ ਮੇਰੇ ਨਾਲ ਕਿੰਜ ਦਾ ਸਲੂਕ ਕਰੇਗੀ ਸੈਯਦਾ ਕਹਿੰਦੀਆਂ ਨੇ ਵੀਰਾ ਜੇ ਤੂੰ ਅਲੀ ਦਾ ਪੁੱਤਰ ਹੈ ਮੈਂ ਵੀ ਅਲੀ ਦੀ ਬੇਟੀ ਹਾਂ ਤੇਰੇ ਕੋਲ ਬਾਪ ਅਲੀ ਦੀ ਦਸਤਾਰ ਹੈ ਮੇਰੇ ਕੋਲ ਮਾਂ ਜ਼ਾਰਾ ਦੀ ਚਾਦਰ ਹੈ ਦਸਤਾਰ ਤੂੰ ਨਾ ਡਿੱਗਣ ਦੇਵੀ ਚਾਦਰ ਮੈਂ ਨਾ ਲੈਣ ਦੇਵਾਂਗੀ ਸੁਬਾ ਦਿਨ ਚੜੇਗਾ ਵੀਰਾ ਪਿਆਸਾ ਜਿਵੇਂ ਪਿਆਸੀ ਮੈਂ ਵਾਂ ਅੱਜ ਪਰਦੇਸੀ ਤੂੰ ਹੈ ਪਰਦੇਸੀ ਮੈਂ ਗਰੀਬ ਵਤਨ ਤੂੰ ਏ ਗਰੀਬ ਵਤਨ ਮੈਂ ਵਾ ਸੁਬਾ ਜੋੜੀ ਤੂੰ ਦੇਵੇਂਗਾ ਜੋੜੀ ਮੈਂ ਦੇਵਾਂਗੀ ਵੀਰਾ ਤੇਰੇ ਨਾਲ ਅੱਜ ਦੀ ਵਫਾ ਕਰਾਂਗੀ ਕਿਆਮਤ ਤੱਕ ਵੀਰ ਤੇਰੇ ਤੇ ਨਾਦ ਕਰਦੇ ਰਹਿਣਗੇ ਭੈਣਾਂ ਮੇਰੇ ਤੇ ਨਾਦ ਕਰਦੀਆਂ ਰਹਿਣਗੀਆਂ ਕਿਆਮਤ ਤੱਕ ਦੁਨੀਆ ਨਾਰੇ ਮਾਰਦੀ ਰਵੇਗੀ ਹੁਸੈਨ ਵਰਗਾ ਵੀਰ ਕੋਈ ਵਰਗੀ ਹਰਸ਼ੀਰ ਕੋਈ ਨਹੀਂ ਸੈਯਦਾ ਜ਼ੈਨਬ ਸਾਰੀ ਰਾਤ ਆਪਣੇ ਵੀਰ ਦੇ ਨਾਲ ਗੱਲਾਂ ਕੀਤੀਆਂ ਤੇ ਨਾਨੇ ਆਪਣੇ ਵੀਰ ਨੂੰ ਕਹਿੰਦੀਆਂ ਨੇ ਵੀਰਾ ਇਹਦੇ ਦੀ ਵਫਾ ਕਰਾਂਗੀ ਕਿਆਮਤ ਤੱਕ ਲੋਕ ਤੇਰੀ ਵਫਾ ਦੇ ਨਾਰੇ ਮਾਰਦੇ ਰਹਿਣਗੇ ਜਦੋਂ ਸਾਰੀ ਰਾਤ ਗੱਲਾਂ ਕਰਦੀਆਂ ਗੁਜ਼ਰੀ ਫਜਰੀ ਦਾ ਵੇਲਾ ਕਰੀਬ ਆਇਆ ਅਲੀ ਦੀ ਬੇਟੀ ਆਸਮਾਨ ਵੱਲ ਵੇਖ ਕੇ ਆਉਂਦੀ ਏ ਸ਼ਾਲਾ ਰਾ
ਤੋ ਮੁਹਰਮ ਵਾਲੀ ਇਹਦੇ ਸੈਬਰਿਆਂ ਦੀ ਥੀਵੇ ਰਾਤ ਮੁਕੇ ਤੇ ਨਾ ਦਿਨ ਹੋਵੇ ਤੇ ਮੇਰਾ ਵੀਰ ਜੁਦਾ ਨਾ ਥੀ ਸਲਾਮ ਅਲਾ ਸੈਯਦ ਅਲ والمرسلين اما بعد فاعوذ بالله من الشيطان الرجيم بسم الله الرحمن الرحيم انما يريد الله ليذهب عنكم الرجس اهل البيت ويطهركم تطهيرا صدق الله مولانا العظيم وصدق رسوله النبي الكريم الامين امدادکن عذرن جو غم آزادکن دردین دنیا شادکن یا غوث اعظم دستگیر گنج بخش فیض عالم مظہر نور خدا نعت سارا پیر کامل کامل آرا رہنما خواجہ امیر الدین ولی قطب عالم پنا بحال ما غریباں ہوں خدا را یک نگاہ ان اللہ و ملائکتہ یصلون علی النبی یا ایھا الذین آمنوا صلوا علیہ وسلموا تسلیما مل کے بڑی الصلاۃ والسلام علیک یا سارے پڑھو الصلاۃ والسلام علیک یا ਬਸ ਬਈ ਹੁਣ 5 ਮਿੰਟ ਮੈਨੂੰ ਸੁਣ ਲਓ ਬਸ ਤਵੱਜੋ ਕਰੋ ਬੜੀ ਹੋ ਗਈ ਸਲਾਤ ਵਸਲਾਮ ਅਲੈਕਾ ਸਾਰੇ ਪੜੋ ਸਲਾਤ ਵਸਲਾਮ ਅਲੈਕਾ ਆ ਜ਼ਹਰਾ ਤੇਰੇ ਪੁੱਤਰਾਂ ਦੇ ਇਹਸਾਨ ਬਥੇਰੇ ਤੇਰੇ ਪੁੱਤਰਾਂ ਦੇ ਇਹਸਾਨ ਬਥੇਰੇ ਇਸਲਾਮ ਤੇ ਜੋ ਕੀਤੇ ਉਹ ਦਾਨ ਬਥੇਰੇ ਇਸਲਾਮ ਜੋ ਕੀਤੇ ਵਿੱਚ ਦੁਨੀਆ ਦੇ ਦਿਸਦਾ ਨਹੀਂ ਹਸਨੇ ਮਜਿਆ ਕੋਈ ਵਿੱਚ ਦੁਨੀਆ ਦੇ ਦਿਸਦਾ ਨਹੀਂ ਹਸਨੇ ਮਜਿਆ ਕੋਈ ਉਂਝ ਸਾਹਿਬੇ ਕਿਰਦਾਰ ਤੇ ਇਨਸਾਨ ਬਥੇਰੇ ਉਂਝ ਸਾਹਿਬੇ ਕਿਰਦਾਰ ਤੇ ਇਨਸਾਨ ਬਥੇਰੇ ਜ਼ਹਰਾ ਤੇਰੇ ਪੁੱਤਰਾਂ ਅਕਬਰ ਦੀ ਅਜ਼ਾਵਰ ਕੀ ਦੇਸੀ ਨਾਜ਼ਾ ਕੋਈ ਅਕਬਰ ਦੀ ਅਜ਼ਾਵਰ ਦੇਸੀ ਨਾਜ਼ਾ ਕੋਈ
ਨਿਤ ਦੇਨ ਮਸੀਤਾਂ ਵਿੱਚ ਆਲਾਨ ਬਥੇਰੇ ਨਿਤ ਦੇਨ ਮਸੀਤਾਂ ਵਿੱਚ ਆਜ਼ਾਨ ਬਥੇਰੇ ਜ਼ਹਰਾ ਤੇਰੇ ਪੁੱਤਰਾਂ ਦੇ ਔਰਤਾਂ ਬਿਸ਼ਦੀਆਂ ਮਰਜ਼ਾਨੋ ਦਿਓ ਆਪ ਸ਼ਿਫਾ ਬੀਬੀ ਆਕਿਬ ਦੀਆਂ ਮਰਜ਼ਾਨੋ ਦਿਓ ਆਪ ਸ਼ਿਫਾ ਬੀਬੀ ਭੁੱਲਣਾ ਨਹੀਂ ਤੇਰੇ ਦਰ ਲੁਕਮਾਨ ਬਥੇਰੇ ਜ਼ਹਰਾ ਤੇਰੇ ਪੁੱਤਰਾਂ ਦੇ ਅੱਲਾਹ ਤਾਲਾ ਦੀ ਹਮਦ ਸੁਨਾ ਸੁਨਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤੇ ਮੁਬਾਰਕਾ ਤੇ ਹਰੀਏ ਦਰੂਦ ਤੋਂ ਸਲਾਮ ਦਾ ਨਜ਼ਰਾਨਾ ਅਰਜ਼ ਕਰਨੇ ਤੋਂ ਬਾਅਦ ਵਾਜਬੁਲ ਇਹਤਰਾਮ ਸਾਮਿਨ ਮੁਹਤਸ਼ਮ ਬਜ਼ੁਰਗੋ ਦੋਸਤੋ ਸਾਥੀਓ ਅੱਜ ਦੀ ਇਹ ਫਕੀਜ਼ਾ ਮਹਿਫਿਲ ਮਿਲਾਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਜ਼ਿਕਰ ਸ਼ਹਾਦਤ ਨਵਾਸ ਰਸੂਲ ਹਜ਼ਰਤ ਇਮਾਮ ਹੁਸੈਨ ਰਜ਼ੀ ਅੱਲਾਹੁ ਤਾਲਾ ਅਨਹੂ ਆਪ ਬਾਪ ਦੇ ਇਸ ਇਲਾਕਾ ਦੇ ਅੰਦਰ ਇਲਾਕਾ ਪਜ਼ੀਰ ਦੇ ਮੈਂ ਚੁੱਕੇ ਪਹਿਲੀ ਮਰਤਬਾ ਤੁਹਾਡੀ ਜ਼ਿਆਰਤ ਵਾਸਤੇ ਹਾਜ਼ਰ ਹਾਂ। ਗਿਰਦੋ ਨਵਾ ਕਾਫੀ ਮਰਤਬਾ ਹਾਜ਼ਰ ਹੋਇਆ ਅਹਬਾਬ ਦੇ ਇਲਾਕੇ ਦੇ ਅੰਦਰ ਪਹਿਲੀ ਮਰਤਬਾ। ਅਹਬਾਬ ਵੀ ਮੇਰੇ ਮਿਜ਼ਾਜ ਤੋਂ ਵਾਕਿਫ ਨਹੀਂ। ਮੈਂ ਉਲਮਾ ਤੇ ਖੁਤਬਾ ਵਿੱਚੋਂ ਸਾਰਿਆਂ ਤੋਂ ਛੋਟਾ ਖਤੀਬ ਹਾਂ, ਪਰ ਮੈਂ ਸਾਰਿਆਂ ਤੋਂ ਥੋੜ੍ਹਾ ਜਿਹਾ ਵੱਖਰਾ ਜਿਹਾ ਮਿਜ਼ਾਜ ਰੱਖਣਾ। ਜਿਵੇਂ ਮੀਆਂ ਸਾਹਿਬ ਫਰਮਾ ਰਹੇ ਸਨ ਕਿ ਮੈਂ ਬਿਲਕੁਲ ਵਕਤ ਦੀ ਕਦਰ ਕਰਨ ਵਾਲਾ ਬੰਦਾ, ਮੇਰੇ ਕੋਲੋਂ 11 ਵਜੇ ਦਾ ਵਕਤ ਲਿਆ ਗਿਆ, ਮੈਂ 11 ਵਜੇ ਹਾਜ਼ਰ ਸੀ। ਫਿਰ ਫੋਨ ਕੀਤਾ ਕਿ ਅਜੇ ਨਹੀਂ ਆਉਣਾ, 11:30 ਤੱਕ ਆ ਜਾਓ। ਫਿਰ ਫੋਨ ਕੀਤਾ 12:45 ਤੱਕ ਆ ਜਾਓ, ਤੋ ਮੈਂ 12 ਵਜੇ ਵੀ ਪਹੁੰਚਿਆ। ਤੋ ਹੁਣ ਤੇ 1 ਵਜ ਗਿਆ, ਹੁਣ ਬਿਲਕੁਲ ਵੀ ਤਕਰੀਰ ਦਾ ਵਕਤ ਨਹੀਂ, ਜਿਹੜਾ ਵਕਤ ਸੀ ਉਹ ਗੁਜ਼ਰ ਗਿਆ। ਤੋ ਲੰਬੀ ਚੌੜੀ ਗੁਫ਼ਤਗੂ ਦਾ ਵਕਤ ਨਹੀਂ, ਮੈਂ ਇਹ ਸਮਝਾਂਗਾ ਤੁਸੀਂ ਜ਼ੌਕ ਤੇ ਸ਼ੌਕ ਨਾਲ ਆਇਓ। ਜ਼ਿਕਰ ਹੁਸੈਨ ਮਜਬੂਰੀ ਸਮਝ ਕੇ ਨਹੀਂ, ਜ਼ਰੂਰੀ ਸਮਝ ਕੇ ਕਰਨਾ ਚਾਹੀਦਾ। ਜ਼ਿਕਰ ਸਿਹਾਬਾ ਮਜਬੂਰੀ ਸਮਝ ਕੇ ਨਹੀਂ, ਜ਼ਰੂਰੀ ਸਮਝ ਕੇ ਕਰਨਾ ਚਾਹੀਦਾ। ਤੇ ਇਸ਼ਾ ਤੋਂ ਲੈ ਕੇ ਹੁਣ ਜਿਹੜਾ ਵਕਤ ਹੋ ਗਿਆ, ਤੋ ਮੈਂ ਸਮਝਦੇ ਹੁਣ ਤੁਸੀਂ ਵੀ ਮਜਬੂਰ ਹੋ ਕੇ ਬੈਠੇ ਹੋ, ਤੋ ਮੈਂ ਨਹੀਂ ਚਾਹੁੰਦਾ ਤੁਹਾਡੇ ਨਾਲ ਵੀ ਜ਼ੁਲਮ ਕੀਤਾ ਜਾਏ। ਬਸ ਇੱਕ ਹੀ ਬਾਤ ਮੈਂ ਕਰਕੇ ਬਾਤ ਨੂੰ ਸਮੇਟ ਦਿਆਂਗਾ, ਤੁਸੀਂ ਸੁਭਾਨ ਅੱਲਾਹ ਉੱਚਾ ਕਰੋ ਤੇ ਮੈਂ ਬਾਤ ਸ਼ੁਰੂ ਕਰਾਂ ਬਈ। ਕੁਰਾਨ ਮਜੀਦ ਫੁਰਕਾਨ ਹਮੀਦ ਦੇ ਅੰਦਰ ਖਾਲਿਕ ਕਾਇਨਾਤ ਨੇ ਇਰਸ਼ਾਦ ਫਰਮਾਇਆ, ਇਨਮਾ ਯੂਰੀਦੁਲਲਾਹ ਲਿਯੁਦਹਿਬ ਅਨਕੁਮ ਰਿਜ਼ਾ ਅਹਲਲ ਬੈਤ ਵਯੁਤਹਿਰਕੁਮ ਤਤਹੀਰਾ। ਕੁਰਾਨ ਪਾਕ ਦੀ ਇਸ ਆਇਆ ਕਰੀਮਾ ਦੇ ਅੰਦਰ ਖਾਲਿਕ ਕਾਇਨਾਤ ਨੇ ਨਬੀ ਪਾਕ ਅਲੈਹਿ ਸਲਾਤੂ ਸਲਾਮ ਦੇ ਘਰ ਵਾਲਿਆਂ ਦੀ ਪਾਕੀ ਦਾ ਜ਼ਿਕਰ ਫਰਮਾਇਆ। ਫਰਮਾਇਆ ਕਿ ਅੱਲਾਹ ਦਾ ਇਰਾਦਾ ਇਸ ਦੇ ਇਲਾਵਾ ਨਹੀਂ ਕਿ ਇਹ ਨਬੀ ਦੇ ਘਰ ਵਾਲਿਓ ਅੱਲਾਹ ਤੁਹਾਡੇ ਕੋਲੋਂ ਪਲੀਤੀਆਂ ਨੂੰ ਦੂਰ ਲੈ ਜਾਏ, ਤੁਹਾਨੂੰ ਪਾਕ ਸਾਫ ਤੇ ਸੁਥਰਾ ਕਰੇ, ਇਹਨਾਂ ਦਾ ਪਾਕ ਕਰੇ, ਕਿਆਮਤ ਤੱਕ ਜਿਹੜਾ ਤੁਹਾਡੇ ਨਾਲ ਲੱਗ ਜਾਏ ਉਹ ਵੀ ਪਲੀਤ ਨਾ ਰਵੇ, ਉਹ ਵੀ ਪਾਕ ਹੋ ਜਾਏ। ਤੇ ਇੱਕ ਬਾਤ ਯਾਦ ਰੱਖੋ, ਅਸੀਂ ਅਹਲੇ ਸੁਨਨਤ ਹਾਂ, ਸਾਡਾ ਅਕੀਦਾ ਤੇ ਇਮਾਨ ਨੇ ਵੇ ਨਬੀ ਪਾਕ ਅਲੈਹਿ ਸਲਾਮ ਦੀ ਅਹਲੇ ਬੈਤ ਦੇ ਨੇੜੇ, ਹਜ਼ੂਰ ਦੀ ਯਾਦ ਦੇ ਨੇੜੇ ਨਾ ਪਲੀਤੀ ਆ ਸਕਦੀ ਏ ਤੇ ਨਾ ਪਲੀਤੀ ਆ ਸਕਦਾ।
ਪਲੀਤੀ ਵੀ ਨਬੀ ਪਾਕ ਦੀ ਯਾਦ ਦੇ ਨੇੜੇ ਨਹੀਂ ਆ ਸਕਦੀ, ਪਲੀਤ ਵੀ ਨਬੀ ਪਾਕ ਦੀ ਯਾਦ ਦੇ ਨੇੜੇ ਨਹੀਂ ਆ ਸਕਦਾ। ਨਮਾਜ਼ੀ ਦੀ ਵਾਰੀ ਆਈ ਤੇ ਹੁਕਮ ਏਵੇ ਨਮਾਜ਼ੀ ਪਲੀਤੀ ਦੇ ਨੇੜੇ ਨਾ ਜਾਏ, ਹਾਜੀ ਦੀ ਵਾਰੀ ਆਈ ਤੇ ਹੁਕਮ ਏਵੇ ਹਾਜੀ ਪਲੀਤੀ ਦੇ ਨੇੜੇ ਨਾ ਜਾਵੇ, ਮੁਤਕੀ ਦੀ ਵਾਰੀ ਆਈ ਹੁਕਮ ਏਵੇ ਪਲੀਤੀ ਦੇ ਨੇੜੇ ਨਾ ਜਾਵੇ, ਵਲੀ ਦੀ ਵਾਰੀ ਆਈ ਹੁਕਮ ਏਵੇ ਪਲੀਤੀ ਦੇ ਨੇੜੇ ਨਾ ਜਾਵੇ, ਗੌਸ ਦੀ ਵਾਰੀ ਆਈ ਹੁਕਮ ਏਵੇ ਪਲੀਤੀ ਦੇ ਨੇੜੇ ਨਾ ਜਾਵੇ, ਤਬਾ ਤਾਬੀ ਦੀ ਵਾਰੀ ਆਈ ਹੁਕਮ ਏਵੇ ਪਲੀਤੀ ਦੇ ਨੇੜੇ ਨਾ ਜਾਵੇ, ਤਾਬੀ ਦੀ ਵਾਰੀ ਆਈ ਹੁਕਮ ਏਵੇ ਪਲੀਤੀ ਦੇ ਨੇੜੇ ਨਾ ਜਾਵੇ, ਸਹਾਬੀ ਦੀ ਵਾਰੀ ਆਈ ਹੁਕਮ ਏਵੇ ਪਲੀਤੀ ਦੇ ਨੇੜੇ ਨਾ ਜਾਏ, ਜਦੋਂ ਨਬੀ ਦੀ ਆਲ ਦੀ ਵਾਰੀ ਆਈ ਪਲੀਤੀ ਨੂੰ ਹੁਕਮ ਏ ਨਬੀ ਦੀ ਆਲ ਦੇ ਨੇੜੇ ਨਾ ਜਾਏ। ਨਾ ਪਲੀਤੀ ਨਬੀ ਪਾਕ ਦੀ ਯਾਦ ਦੇ ਨੇੜੇ ਤੇ ਨਾ ਪਲੀਤੀ ਹਜ਼ੂਰ ਦੀ ਯਾਦ ਦੇ ਨੇੜੇ ਜਾ ਸਕਦਾ। ਬਾਤ ਮੈਂ ਵਾਅਦੇ ਕਰਨਾ ਚਾਹਨਾ, ਅਸੀਂ ਅਹਲੇ ਸੁਨਨਤ ਆ, ਸਾਡਾ ਅਕੀਦਾ ਇਹ ਵੇ ਜਿਹੜਾ ਸਹਾਬਾ ਨੂੰ ਛੱਡ ਕੇ ਅਹਲੇ ਬੈਤ ਦਾ ਜ਼ਿਕਰ ਕਰੇ ਉਹਦੇ ਤੇ ਅਹਲੇ ਬੈਤ ਵਾਲੇ ਰਾਜ਼ੀ ਨਹੀਂ, ਜਿਹੜਾ ਅਹਲੇ ਬੈਤ ਨੂੰ ਛੱਡ ਕੇ ਸਹਾਬਾ ਦਾ ਜ਼ਿਕਰ ਕਰੇ ਉਹਦੇ ਤੇ ਸਹਾਬਾ ਰਾਜ਼ੀ ਨਹੀਂ, ਅਹਲੇ ਬੈਤ ਤੇ ਸਹਾਬਾ ਉਹਦੇ ਤੇ ਰਾਜ਼ੀ ਨੇ। ਜਿਹੜਾ ਹੈਦਰੇ ਕਰਾਰ ਦਾ ਵੀ ਗੁਲਾਮ ਹੋਵੇਗਾ, ਯਾਰੇ ਗਾਰ ਦਾ ਵੀ ਗੁਲਾਮ ਹੋਵੇਗਾ। ਸਹਾਬਾ ਦੀ ਇੱਜ਼ਤ ਦੀ ਗੱਲ ਆਵੇ ਤੇ ਸੁਣੀ ਕਰੇ, ਹਜ਼ੂਰ ਦੀ ਯਾਦ ਦੀ ਗੱਲ ਆਵੇ ਤੇ ਸੁਣੀ ਸੁਣੀ ਬੋਲੇ, ਹਜ਼ੂਰ ਦੀ ਯਾਦ ਦੀ ਗੱਲ ਵੀ ਸੁਣੀ ਕਰੇ ਤੇ ਕੌਣ ਹੈ ਦਵਾਦੀ ਦਾ ਗੁਲਾਮ ਐਲਾਨ ਕਰਦੇ, ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ, ਜ਼ਿੰਦਗੀ ਚ ਹੋਸ਼ਿਆਰ ਰੌਣਕ ਵਹਾ। ਕਿ ਯਕਮ ਮੁਹਰਮ ਦਾ ਚੰਨ ਚੜ ਗਿਆ, ਮੁਹਰਮ ਸ਼ਰੀਫ ਦਾ, ਤੇ ਹਜ਼ਰਤ ਉਮਰ ਪਾਕ ਦੀ ਬਾਰਗਾਹ ਚ ਵੀ ਨਰਾਨੇ ਅਕੀਦਤ ਮੁਹੱਬਤ ਹੋ ਜਾਏਗਾ ਤੇ ਸਾਰੇ ਸਹਾਬਾ ਦੀ ਸ਼ਾਨ ਹੋ ਜਾਏਗੀ। ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ, ਜ਼ਿੰਦਗੀ ਚ ਹੋਸ਼ਿਆਰ ਰੌਣਕ ਬਹਾਰ। ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ, ਜ਼ਿੰਦਗੀ ਚ ਹੋਸ਼ਿਆਰ ਰੌਣਕ ਬਹਾਰ। ਜਿੰਨੇ ਘਰ ਮਾਰ ਸਭ ਦੀਨ ਤੇ ਲੁਟਾਇਆ ਏ, ਉਹਨੇ ਕਿਵੇਂ ਹੱਥ ਬੀਬੀ ਫਾਤਿਮਾ ਦਿਖਾਇਆ ਏ। ਚੰਨ ਚੜਿਆ ਤੇ ਹੁਣ ਦਸਾਂ ਦਿਨਾਂ ਚੋਲਾ ਨਿਕਲਣਾ, ਜਿੰਨਾ ਸਿਰਫ ਇਹ ਸਾਬਤ ਕਰਨਾ ਕਿ ਸਾਡੇ ਨਾਲੋਂ ਵੱਡਾ ਆਲੇ ਬੈਤ ਦਾ ਮੁਹਿੱਬ ਕੋਈ ਨਹੀਂ, ਸਾਡੇ ਨਾਲੋਂ ਵੱਡਾ ਆਲੇ ਬੈਤ ਦਾ ਗੁਲਾਮ ਕੋਈ ਨਹੀਂ, ਕੋਈ ਨਹੀਂ। ਜਿੰਨੇ ਘਰ ਮਾਰ ਸਭ ਦੀਨ ਤੇ ਲੁਟਾਇਆ ਏ, ਉਹਨੇ ਕਿਵੇਂ ਹੱਥ ਬੀਬੀ ਫਾਤਿਮਾ ਦਿਖਾਇਆ ਏ। ਬੰਦਾ ਬਣ ਭੰਗੀ ਐਵੇਂ ਚਵਲਾ ਨਾ ਮਾਰ, ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ। ਬੰਦਾ ਬਣ ਭੰਗੀ ਐਵੇਂ ਚਵਲਾ ਨਾ ਮਾਰ, ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ। ਸਦੀਕ ਉਮਰ ਉਸਮਾਨ ਜੀ ਦੇ ਯਾਰ ਨੇ, ਅੱਲਾ ਦੇ ਉਹ ਸ਼ੇਰ ਨਾਲੇ ਹੈਦਰ ਕਰਾਰ ਨੇ। ਹਜ਼ਰਤ ਅਬੂ ਬਕਰ ਸਿੱਦੀਕ ਦੇ ਬੇਲੀ ਦਾ ਨਾਮ ਔਲਾਲੀ, ਹਜ਼ਰਤ ਉਮਰ ਪਾਕ ਦੇ ਯਾਰ ਦਾ ਨਾਮ ਔਲਾਲੀ, ਹਜ਼ਰਤ ਉਸਮਾਨ ਪਾਕ ਦੇ ਦਿਲਦਾਰ ਦਾ ਨਾਮ ਔਲਾਲੀ। ਸਿੱਦੀਕ ਉਮਰ ਉਸਮਾਨ ਜੀ ਦੇ ਯਾਰ ਨੇ, ਅੱਲਾ ਦੇ ਉਹ ਸ਼ੇਰ ਨਾਲੇ ਹੈਦਰ ਕਰਾਰ ਨੇ। ਚਾਰਾਂ ਨੂੰ ਤੂੰ ਮਾਨ ਚਾਰੇ ਨਬੀ ਦੇ ਨੇ ਯਾਰ, ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ। ਚਾਰਾਂ ਨੂੰ ਤੂੰ ਮਾਨ ਚਾਰੇ ਨਬੀ ਦੇ ਨੇ ਯਾਰ, ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ। ਬੰਦਾ ਬਣ ਬੰਗੀ ਐਵੇਂ ਚਵਲਾ ਨਾ ਮਾਰ, ਕਰ ਲੈ ਨਬੀ ਦੇ ਸਹਾਬਾ
ਜਿਹੜਾ ਬੰਦਾ ਸਿਆਬਾ ਨੂੰ ਛੱਡ ਕੇ ਹਜ਼ੂਰ ਦੀ ਯਾਦ ਦਾ ਜ਼ਿਕਰ ਕਰੇ ਉਹਦੇ ਤੇ ਆਲੇ ਰਸੂਲ ਰਾਜ਼ੀ ਨਹੀਂ ਰਾਜ਼ੀ ਨਹੀਂ ਜਿਹੜਾ ਆਲੇ ਛੱਡ ਕੇ ਸਿਹਾਬਾ ਦਾ ਜ਼ਿਕਰ ਕਰੇ ਉਹਦੇ ਤੇ ਸਹਾਬੇ ਰਸੂਲ ਰਾਜ਼ੀ ਨਹੀਂ ਸੁਣੀ ਉਹ ਹੀ ਹੋਵੇਗਾ ਜਿਹੜਾ ਨਬੀ ਪਾਕ ਦੇ ਯਾਰਾਂ ਨਾਲ ਵੀ ਪਿਆਰ ਕਰੇਗਾ ਹਜ਼ੂਰ ਦੀ ਆਲੇ ਬੈਤ ਨਾਲ ਵੀ ਪਿਆਰ ਕਰੇਗਾ ਤੇ ਸੁਣੀ ਹਰ ਮੈਦਾਨ ਦੇ ਅੰਦਰ ਹਜ਼ੂਰ ਦੀ ਯਾਦ ਦੀ ਇੱਜ਼ਤ ਤੇ ਪਹਿਰਾ ਵੀ ਦੇ ਰਹੇ ਨਬੀ ਪਾਕ ਦੇ ਸਹਾਬਾ ਦੀ ਇੱਜ਼ਤ ਤੇ ਪਹਿਰਾ ਵੀ ਦੇ ਰਹੇ ਇਹ ਤੇ ਸਹਾਬਾ ਦੀ ਗੱਲ ਏ ਨਬੀ ਪਾਕ ਦੀ ਯਾਦ ਦਾ ਜ਼ਿਕਰ ਸੁਣੀ ਕਿਹਨ ਕਰ ਰਿਹਾ ਹੈ ਤੇ ਕੌਣ ਹੈ ਦੀਵਾਲੀ ਦਾ ਗੁਲਾਮ ਸੀਨਾ ਤਾਣ ਕੇ ਨਾਰੇ ਮਾਰਦਾ ਬੜਾ ਲਜੀਪਾ ਹੈ ਤੇਰਾ ਘਰਾਂ ਦਾ ਰਸੂਲ ਅੱਲਾ ਬੜਾ ਲਜੀਪਾ ਹੈ ਤੇਰਾ ਘਰਾਂ ਦਾ ਯਾਰ ਰਸੂਲ ਅੱਲਾ ਕੌਣ ਹੈ ਦੀਵਾਲੀ ਨੇ ਇਰਸ਼ਾਦ ਫਰਮਾਇਆ ਮੰਮਾ ਤਾਲਾ ਹੁਬੇ ਹੁਨੇ ਮੁਹੰਮਦ ਨਮਾ ਤਾ ਸ਼ਹੀਦਾ ਮੰਮਾ ਤਾਲਾ ਮੁਹੰਮਦ ਮਾਤਾ ਕਾਫਰਾ ਮੇਰੇ ਆਕਾ ਨੇ ਫਰਮਾਇਆ ਜਿਹੜਾ ਅਲੀ ਦਾ ਪਿਆਰ ਲੈ ਕੇ ਮਰ ਜੇ ਰੱਬ ਸ਼ਹਾਦਤ ਦਾ ਦਰਜਾ ਅਤਾ ਕਰਦਾ ਜਿਹੜਾ ਸੈਯਦਾ ਹਜ਼ਾਰਾ ਦਾ ਪਿਆਰ ਲੈ ਕੇ ਮਰ ਗਿਆ ਕੌਣ ਹੈ ਦੀਵਾਲੀ ਫਰਮਾ ਰਹੀ ਅੱਲਾ ਸ਼ਹਾਦਤ ਦਾ ਦਰਜਾ ਅਤਾ ਕਰਦਾ ਜਿਹੜਾ ਹਸਨ ਪਾਕ ਦਾ ਪਿਆਰ ਲੈ ਕੇ ਮਰ ਗਿਆ ਕੌਣ ਹੈ ਦੀਵਾਲੀ ਫਰਮਾ ਰਹੀ ਅੱਲਾ ਸ਼ਹਾਦਤ ਜਿਹੜਾ ਹੁਸੈਨ ਪਾਕ ਦਾ ਪਿਆਰ ਲੈ ਕੇ ਮਰਦੇ ਅੱਲਾ ਸ਼ਹਾਦਤ ਦਾ ਦਰਜਾ ਅਦਾ ਕਰਦਾ ਏ ਮੰਮਾ ਤਾਲਾ ਪੁਗਦੇ ਆਲੇ ਮੁਹੰਮਦ ਮੰਮਾ ਦਾ ਕਾਫਰਾ ਜਿਹੜਾ ਅਲੀ ਦਾ ਪੁਗਦ ਲੈ ਕੇ ਮਰਿਆ ਮੋਮਨ ਨਹੀਂ ਕਾਫਰ ਮਰਿਆ ਜਿਹੜਾ ਸੈਯਦਾ ਦਾਰਾ ਦਾ ਪੁਗਦ ਲੈ ਕੇ ਮਰਿਆ ਕੌਣ ਹੈ ਦੀਵਾਲੀ ਫਰਮਾ ਰੇ ਮੋਮਨ ਨਹੀਂ ਕਾਫਰ ਮਰਦਾ ਜਿਹੜਾ ਹਸਨ ਪਾਕ ਦਾ ਦੁਸ਼ਮਣੀ ਲੈ ਕੇ ਮਰਿਆ ਮੋਮਨ ਦੀ ਕਾਫਰ ਮਰਦਾ ਜਿਹੜਾ ਹੁਸੈਨ ਪਾਕ ਦਾ ਪੁਗਤ ਲੈ ਕੇ ਗਿਆ ਮੋਮਨ ਦੀ ਕਾਫਰ ਜਾ ਰਿਹਾ ਸੁਨੀਆਂ ਤੈਨੂੰ ਮੁਬਾਰਕ ਹੋਏ ਯਾਰੇ ਕਾਰ ਦਾ ਵੀ ਗੁਲਾਮ ਹੈ ਹੈਦਰ ਕਰਾਰ ਦਾ ਵੀ ਗੁਲਾਮ ਹੈ ਕਮਲੀ ਵਾਲੇ ਆਕਾ ਦੀਆਂ ਨਿਸਬਤਾਂ ਦੇ ਨਾਰੇ ਮਾਰਨ ਵਾਲਾ ਵੀ ਸੁਨੀ ਤੇ ਕੌਣ ਹੈ ਦੀਵਾਲੀ ਦਾ ਗੁਲਾਮ ਸੀਨਾ ਤਾਣ ਕੇ ਨਾਰੇ ਬੜਾ ਲਜੀਪਾ ਹੈ ਤੇਰਾ ਘਰਾਂ ਦਾ ਯਾਰ ਰਸੂਲ ਅੱਲਾ ਬੜਾ ਲਜੀਪਾ ਹੈ ਤੇਰਾ ਘਰਾਂ ਦਾ ਯਾਰ ਰਸੂਲ ਤੇਰੇ ਟੁਕੜੋਂ ਤੇ ਬੰਦਤਾ ਹੈ ਜ਼ਮਾਨਾ ਯਾਰ ਰਸੂਲ ਅੱਲਾ ਤੇਰੇ ਟੁਕੜੋਂ ਪੇ ਪਲਤਾ ਹੈ ਜ਼ਮਾਨਾ ਯਾਰ ਰਸੂਲ ਅੱਲਾ ਅਦੀ ਤਾਰੇ ਗ੍ਰਾਮੀ ਕਦਰ ਬਾਤ ਖਤਮ ਤਵਜੋ ਯਾਰ ਅੱਲਾ ਯਾ ਅਲੀ ਯਾ ਅਲੀ
رسول کے گرام ہے اب یہ رسول میں اگر ہو رہے کے مصباح احسان دا بدلہ ادا نہیں ہو سکتا جنی تین اللہ زندگی دیتی ہے نا اگر تے نال بھی حسین حسین کرے تب علی دے لال دا حق ادا کر نہیں سکتا جیڑا کربلا دے ٹپے چ حسین نے پاک نے احسان کیتا ہے ایمانداری دسو جی بچپن مدینے دیا گلیاں گزریا میرے حسین نے کہڑے دکھا نہ مدینہ چھڑیا ہوئے گا پیو دیا عزت نالے او حسبی اللہ رہی پڑ دی خاتون دی تی لجبالے افسردہ محول چ زینب نے کیتی گل ایک ماں دے نالے میں دین بچا کے مڑیا سا پاویں کٹ گئے میرے سلام سیدہ زینب نے ماں دی قبر تے کیتا دو محرم نو کربلا دے میدان وچ خیمے لگے تے پانی بند کر دتا گیا سات محرم نو کربلا دے میدان وچ خیمے وچ پانی بند پانی خیمے وچ نہیں آ رہا نماز بھی جاری ہے تلاوت قرآن بھی جاری ہے کربلا دا نقشہ حضرت سخی سلطان باہو نے اپنی قلم دی نوک تے رکھیا تو آری والے سلطان فرما دے نے جے کر دین کر
ਬੋਲਦਾ ਨਾ ਬੋਲ ਮਾਣ ਤੇ ਮੇਰੇ
ਨਹੀਂ ਬੋਲਦਾ ਨਾ ਬੋਲ ਵੀਰ ਤੇ ਮੇਰਾ ਇਹ ਪਹਿਲਾਂ ਆਪਣੇ ਵੀਰਾਂ ਦੇ ਨਾਲ ਇਹਦਾ ਪਿਆਰ ਰੱਖਦੀਆਂ ਨੇ ਉਹ ਸੈਯਦਾ ਦਿਲ ਪਿਆ ਕਾ ਹੁਸੈਨ ਦੇ ਕਰੀਬ ਵੈ ਕਦੇ ਆਪਣੀ ਮਾਂ ਜ਼ਾਰਾ ਦੀਆਂ ਗੱਲਾਂ ਕਰਦੀ ਕਦੇ ਆਪਣੇ ਬਾਪ ਮੌਲਾ ਅਲੀ ਦੀਆਂ ਗੱਲਾਂ ਕਰਦੀ ਕਦੇ ਆਪਣੀ ਆਪੀ ਖਦੇਜਾ ਦੀਆਂ ਗੱਲਾਂ ਕਰਦੀ ਕਦੇ ਨਾਨੇ ਮੁਹੰਮਦ ਦੀਆਂ ਗੱਲਾਂ ਕਰਦੀ ਆਕਾ ਹੁਸੈਨ ਨੇ ਫਰਮਾਇਆ ਪੈਣਾ ਸੁਬਾ ਦਿਨ ਚੜੇਗਾ ਖੂਨੀ ਤਲੂ ਲੋਏਗੀ ਦੱਸ ਮੇਰੇ ਨਾਲ ਕਿਦਾਂ ਸਲੂਕ ਕਰੇਗੀ ਸੈਯਦਾ ਕਹਿੰਦੀਆਂ ਨੇ ਵੀਰਾ ਜੇ ਤੂੰ ਅਲੀ ਦਾ ਪੁੱਤਰ ਮੈਂ ਵੀ ਅਲੀ ਦੀ ਬੇਟੀਆਂ ਤੇਰੇ ਕੋਲ ਬਾਪ ਅਲੀ ਦੀ ਦਸਤਾਰ ਮੇਰੇ ਕੋਲ ਬਾਜ਼ਾਰਾ ਦੀ ਚਾਦਰ ਦਸਤਾਰ ਤੂੰ ਨਾ ਡਿੱਗਣ ਦੇਵੀ ਚਾਦਰ ਮੈਂ ਨਾ ਲੈਣ ਦੇਵਾਂਗੀ ਸੁਬਾ ਦਿਨ ਚੜੇਗਾ ਵੀਰਾ ਪਿਆ ਸਾਜਾ ਸੋਏ ਪਿਆ ਸੀ ਮੈਂ ਵਾ ਅੱਜ ਪਰਦੇਸੀ ਤੂੰ ਏ ਪਰਦੇਸੀ ਮੈਂ ਵਾ ਗਰੀਬ ਵਤਨ ਤੂੰ ਏ ਗਰੀਬ ਵਤਨ ਮੈਂ ਵਾ ਸੁਬਾ ਜੋੜੀ ਤੂੰ ਦੇਵੇਂਗਾ ਜੋੜੀ ਮੈਂ ਦੇਵਾਂਗੀ ਵੀਰਾ ਤੇਰੇ ਨਾਲ ਅੱਜ ਦੀ ਵਫਾ ਕਰਾਂਗੀ ਕਿਆਮਤ ਤੱਕ ਵੀਰ ਤੇਰੇ ਤੇ ਨਾਦ ਕਰਦੇ ਰਹਿਣਗੇ ਭੈਣਾਂ ਮੇਰੇ ਤੇ ਨਾਦ ਕਰਦੀਆਂ ਰਹਿਣਗੀਆਂ ਕਿਆਮਤ ਤੱਕ ਦੁਨੀਆ ਨਾਰੇ ਮਾਰਦੀ ਰਹੇਗੀ ਹੁਸੈਨ ਵਰਗਾ ਵੀਰ ਕੋਈ ਨਹੀਂ ਜ਼ੈਨਬ ਵਰਗੀ ਹਰਸ਼ੀਰ ਕੋਈ ਸੈਯਦਾ ਜ਼ੈਨਬ ਸਾਰੀ ਰਾਤ ਆਪਣੇ ਵੀਰ ਦੇ ਨਾਲ ਗੱਲਾਂ ਕੀਤੀਆਂ ਤੇ ਨਾਨੇ ਆਪਣੇ ਵੀਰ ਨੂੰ ਕਹਿੰਦੀਆਂ ਨੇ ਵੀਰਾ ਇਹਦੇ ਦੀ ਵਫਾ ਕਰਾਂਗੀ ਕਿਆਮਤ ਤੱਕ ਲੋਕ ਤੇਰੀ ਵਫਾ ਦੇ ਨਾਰੇ ਮਾਰਦੇ ਰਹਿਣਗੇ ਜਦੋਂ ਸਾਰੀ ਰਾਤ ਗੱਲਾਂ ਕਰਦੀਆਂ ਗੁਜ਼ਰੀ ਫਜਰੀ ਦਾ ਵੇਲਾ ਕਰੀਬ ਆਇਆ ਅਲੀ ਦੀ ਬੇਟੀ ਆਸਮਾਨ ਵੱਲ ਵੇਖ ਕੇ ਆਉਂਦੀ ਹੈ ਸ਼ਾਲਾ ਰਾ ਤੋ ਮੁਹਰਮ ਵਾਲੀ ਇਹਤੇ ਸੈਬਰਿਆਂ ਦੀ ਥੀਵੇ ਰਾਤ ਮੁਕੇ ਤੇ ਨਾ ਦਿਨ ਹੋਵੇ ਤੇ ਮੇਰਾ ਵੀਰ ਜੁਦਾ ਨਾ ਥੀ ਰਾਤ ਮੁਕੇ ਤੇ ਨਾ ਦਿਨ ਹੋਵੇ ਮੇਰਾ ਵੀਰ ਜੁਦਾ ਨਾ ਥੀਵੇ ਅਦੀਦਾਨ ਗ੍ਰਾਮੀ ਕਦਰ ਕਰਬਲਾ ਦਾ ਬੜਾ ਕਠਨ ਵੇਲਾ ਜਿਹੜਾ ਮੇਰੇ ਇਮਾਮ ਨੇ ਕਰਬਲਾ ਦੇ ਮੈਦਾਨ ਵਿੱਚ ਗੁਜ਼ਾਰਿਆ ਪਰ ਜਾਨਾਂ ਦੀ ਬਾਦੀ ਲਾ ਕੇ ਨਾਨੇ ਦਾ ਦੀਨ ਵਿਕਦੇ ਹੀ ਖਰੀਦ ਲਿਆ ਇਹ ਜਿਹੜਾ ਹੁਸੈਨ ਪਾਕ ਨੇ ਇਹਸਾਨ ਕੀਤਾ ਇਹ ਸਿਰਫ 10 ਦਿਨ ਸੀਨੇ ਤੇ ਚਪੇੜਾਂ ਮਾਰਿਆਂ ਪੂਰਾ ਨਹੀਂ ਹੋਣਾ ਅੱਲਾ ਜ਼ਿੰਦਗੀ ਜਿੰਨੀ ਜ਼ਿੰਦਗੀ ਦਿੱਤੀ ਹੈ ਨਾ ਸਾਹ ਸਾਹ ਦੇ ਨਾਲ ਹੁਸੈਨ ਹੁਸੈਨ ਪੜ੍ਹੀਏ ਤੇ ਫਿਰ ਵੀ ਅਲੀ ਦੇ ਲਾਲ ਦਾ ਹੱਕ ਅਦਾ ਨਹੀਂ ਕਰ ਸਕਦੇ ਅੱਲਾ ਕਰੀਮ ਇਹਨਾਂ ਸੰਗੀਆਂ ਦੀ ਮਾਫਿਲ ਪਾਕ ਨੂੰ ਆਪਣੀ ਬਾਰਗਤ ਦੇ ਅੰਦਰ ਕਬੂਲ ਫਰਮਾਏ ਔਰ ਜਿੰਨੇ ਸੰਗੀ ਤੁਸੀਂ ਦੂਰ ਦਰਾਜ਼ ਤੋਂ ਚੱਲ ਕੇ ਆਇਓ ਅੱਲਾ ਸਾਰਿਆਂ ਨੂੰ ਕਦਮ ਕਦਮ ਤੇ ਨੇਕੀਆਂ ਦੇ ਜ਼ਖੀਰੇ عطا ਫਰਮਾਏ ਸਦਾ ਵਸਦਾ ਰਵੇ ਤੇਰਾ ਦੁਬਾਰਾ ਯਾ ਰਸੂਲ ਅੱਲਾ ਜਿੱਥੇ ਹੁੰਦਾ ਤੇਰੀ ਬਾਦਾ ਗੁਜ਼ਾਰਾ ਯਾ ਰਸੂਲ ਅੱਲਾ ਕਿਸੇ ਨੂੰ ਮਾਨ ਦੌਲਤ ਤੇ ਕਿਸੇ ਨੂੰ ਹੈ ਇਬਾਦਤ ਤੇ ਸੁਨੀਆਂ ਨੂੰ ਸਿਰਫ ਤੇਰਾ ਸਹਾਰਾ ਯਾ ਰਸੂਲ ਅੱਲਾ ਵਮਾ ਤੌਫੀਕੀ ਇਲਾ ਬਿੱਲਾਹਿਲ ਅਲੀ ਅਜ਼ੀਮ ਮੈਂ ਆਪਣੇ ਇਸੇ ਦੀ ਥੋੜੀ ਜਿਹੀ ਦੁਆ ਕਰਦੇ ਹਾਂ ਫਿਰ ਬਾਅਦ ਦਾ ਸ਼ਡੂਲ ਤੁਹਾਨੂੰ ਪਤਾ ਆਮੀਨ ਅੱਲਾ।